ਅਮਰਤਾ ਪ੍ਰੀਤਮ ਦੀ ਕਹਾਣੀ 25 26 ਤੇ 27 ਜਨਵਰੀ ਮੈਨੂੰ ਆਪਣੇ ਕੰਮਕਾਰ ਦੇ سلسلے ਵਿੱਚ ਵਾਰੇਚ ਦੋ ਕੁ ਵਾਰਾਂ ਬੰਬਈ ਤੋਂ ਦਿੱਲੀ ਜਾਣਾ ਪੈਂਦਾ ਸੀ ਹਮੇਸ਼ਾ ਆਪਣੇ ਦੋਸਤ ਦੇ ਘਰ ਠਹਿਰਦਾ ਸਾਂ ਦੋਸਤ ਦਾ ਨਾਂ ਨਹੀਂ ਦੱਸਾਂਗਾ ਸਿਰਫ ਇਹਨਾ ਕਿ ਉਹ ਡਾਕਟਰ ਹੈ ਜਾਣ ਤੋਂ ਪਹਿਲਾਂ ਹਮੇਸ਼ਾ ਉਹਨੂੰ ਖੱਤ ਲਿਖ ਦਿੰਦਾ ਸਾਂ ਪਰ ਇਸ ਸਾਲ ਜਨਵਰੀ 'ਚ ਜਦੋਂ ਖੱਤ ਲਿਖਿਆ ਉਹਨੇ ਤਾਰ 'ਚ ਜਵਾਬ ਦਿੱਤਾ ਕਿ ਉਹ 25 26 ਤੇ 27 ਤਰੀਕ ਉੱਥੇ ਨਹੀਂ ਹੋਏਗਾ ਇਸ ਲਈ ਮੈਂ ਇਹਨਾਂ ਤਰੀਖਾਂ ਤੋਂ ਪਹਿਲਾਂ ਆਵਾਂ ਜਾਂ ਪਿੱਛੋਂ ਤੇ ਸਤਾਰ ਤੋਂ ਮੈਨੂੰ ਯਾਦ ਆਇਆ ਕਿ ਇੱਕ ਵਾਰ ਅੱਗੇ ਵੀ ਉਹਨੇ ਮੇਰੇ ਖੱਤ ਦੇ ਜਵਾਬ 'ਚ ਖੱਤ ਲਿਖਿਆ ਸੀ ਕਿ ਉਹ ਇਹਨਾਂ ਤਰੀਕਾਂ 'ਚ ਦਿੱਲੀ ਨਹੀਂ ਹੋਏਗਾ ਤੇ ਸ਼ਾਇਦ ਉਹਦੋਂ ਵੀ ਇਹੀ ਜਨਵਰੀ ਦਾ ਮਹੀਨਾ ਸੀ ਮੈਂ ਪੁਰਾਣੇ ਖੱਤਾਂ ਦੀ ਫਾਈਲ ਦੇਖੀ ਉਹਦਾ ਖੱਤ ਲੱਭਿਆ ਸੱਚਮੁੱਚ ਇਹੋ ਜਨਵਰੀ ਦਾ ਮਹੀਨਾ ਸੀ ਤੇ ਇਹੋ ਤਰੀਕਾ ਗੱਲ ਕੁਝ ਅਜੀਬ ਜਿਹੀ ਲੱਗੀ ਪਰ ਉਸ ਵਾਰੀ ਮੈਂ ਜਾਣਦੀਆਂ ਤਰੀਕਾਂ ਨੂੰ ਬਦਲਿਆ ਨਹੀਂ ਬਦਲ ਸਕਦਾ ਸਾਂ 2-4 ਦਿਨ ਪਹਿਲਾਂ ਜਾਂ ਦੋ 4 ਦਿਨ ਪਿੱਛੋਂ ਜਾ ਸਕਦਾ ਸਾਂ ਪਰ ਮੈਂ ਉਹਨਾਂ ਹੀ ਤਰੀਕਾਂ 'ਚ ਦਿੱਲੀ ਚਲਾ ਗਿਆ ਸਿਰਫ ਇਨਾ ਕੀਤਾ ਕਿ ਆਪਣੇ ਦੋਸਤ ਦੇ ਘਰ ਨਹੀਂ ਗਿਆ ਇੱਕ ਹੋਟਲ 'ਚ ਠਹਿਰ ਗਿਆ ਉਹਦੇ ਘਰ ਟੈਲੀਫੋਨ ਕਰਨ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਉਹਦੇ ਕਹਿਣ ਮੁਤਾਬਕ ਉਹ ਦਿੱਲੀ 'ਚ ਨਹੀਂ ਸੀ ਪਰਿਆ ਨਹੀਂ ਗਿਆ ਜੀ ਕੀਤਾ ਉਹਦੇ ਹਸਪਤਾਲ ਫੋਨ ਕਰਕੇ ਇਨਾ ਹੀ ਪੁੱਛ ਲਵਾ ਕਿ ਜੇ ਉਹ ਆਪਣੇ ਪਿੰਡ ਆਪਣੇ ਮਾਂ-ਬਾਪ ਕੋਲ ਗਿਆ ਤਾਂ ਖੈਰ-ਖੀਰਤ ਖੈਰ-ਖੈਰੀਅਤ ਨਾਲ ਹੀ ਗਿਆ ਹੋਇਆ ਹੈ ਜਾਂ ਕੋਈ ਖਾਸ ਗੱਲ ਹੈ ਸੋ ਫੋਨ ਕੀਤਾ ਖਿਆਲ ਸੀ ਕੋਈ ਹੋਰ ਡਾਕਟਰ ਬੋਲੇਗਾ ਪਰ ਉਹਦੀ ਖੈਰ-ਖੈਰੀਅਤ ਪੁੱਛਣ ਵਾਲੇ ਹਰਫ ਮੇਰੇ ਮੂੰਹ ਚ ਘੁੰਮਦੇ ਪਏ ਸੀ ਜਦੋਂ ਫੋਨ ਦੇ ਜਵਾਬ ਚ ਮੈਨੂੰ ਉਹਦੀ ਆਪਣੀ ਆਵਾਜ਼ ਸੁਣਾਈ ਦਿੱਤੀ ਫਿਰ ਸ਼ਾਇਦ ਮੇਰੀ ਆਪਣੀ ਆਵਾਜ਼ ਦੀ ਹੈਰਾਨੀ ਸੀ ਕਿ ਮੈਨੂੰ ਉਹਦੀ ਆਵਾਜ਼ ਤੋਂ ਦਾ ਤਪਾਕ ਕੁਝ ਮੱਠਾ ਜਿਹਾ ਜਪਿਆ ਪਰ ਨਾਲ ਹੀ ਮੈਂ ਆਪਣੀ ਹੈਰਾਨੀ ਨੂੰ ਦਲੀਲ ਵੀ ਦੇ ਰਿਹਾ ਸਾਂ ਹੋ ਸਕਦਾ ਕਿਸੇ ਕਾਰਨ ਉਹਦਾ ਜਾਣਾ ਰੁਕ ਗਿਆ ਹੋਵੇ ਉਹਨੇ ਜਾਣਾ ਹੋਵੇ ਪਰ ਜਾ ਨਾ ਸਕਿਆ ਹੋਵੇ ਤੇ ਹੁਣ ਮੇਰੇ ਅੱਗੇ ਸ਼ਰਮਿੰਦਾ ਜਿਹਾ ਮਹਿਸੂਸ ਕਰਦਾ ਹਾਂ ਤੇ ਮੈਂ ਆਪੇ ਹੀ ਆਪਣੀ ਦਲੀਲ ਤੇ ਜ਼ੋਰਾਂ ਆਖਿਆ ਹੁਣ ਫਿਰ ਮੁਲਾਕਾਤ ਕਿਸ ਵੇਲੇ ਹੋਏਗੀ ਮਨ ਚੋਂ ਦਾ ਜਵਾਬ ਵੀ ਕਿਆਸ ਲਿਆ ਵੀ ਤੂੰ ਹੋਟਲ ਚੋਂ ਸਮਾਨ ਲੈ ਕੇ ਸਿੱਧਾ ਘਰ ਚੱਲ ਮੈਂ ਹੁਣ ਘਰ ਪਹੁੰਚਣਾ ਵਾਂ ਪਰ ਜਾਪਿਆ ਮੇਰੇ ਆਪਣੇ ਕੰਨ ਹੀ ਮੈਨੂੰ ਝੁੱਠਿਆ ਗਏ ਉਹਦਾ ਜਵਾਬ ਸੀ 4 ਵਜੇ ਨੇ ਤੇ ਮੈਂ ਅੱਧੇ ਘੰਟੇ ਨੂੰ ਇਥੋਂ ਫਾਰਗ ਹੋ ਜਾਾਂਗਾ ਫਿਰ ਸਿੱਧਾ ਤੇਰੇ ਹੋਟਲ ਆਵਾਂਗਾ ਖੈਰ ਅਜੇ ਵੀ ਦਲੀਲ ਕੁਝ ਬਾਕੀ ਸੀ ਸੋਚ ਰਿਹਾ ਸੋ ਮੇਰੇ ਕੋਲ ਆ ਕੇ ਅਬ ਮੇਰਾ ਸਮਾਨ ਚੁਕਵਾਏਗਾ ਤੇ ਮੈਨੂੰ ਘਰ ਲੈ ਜਾਏਗਾ ਪਰ 5:00 ਵਜੇ ਜਦੋਂ ਆਇਆ ਕਿੰਨਾ ਚਿਰ ਮੇਰੇ ਕੰਮ ਬਾਰੇ ਸਰਸਰੀ ਗੱਲਾਂ ਕਰਦਾ ਰਿਹਾ ਫਿਰ ਅਸੀਂ ਚਾਹ ਪੀਤੀ ਤਰਕਾਲਾਂ ਟਲਣ ਤੇ ਆ ਗਏ ਆ ਜਪ੍ਰਿਆ ਸੀ ਜਿਵੇਂ ਕੁਝ ਕਹਿਣਾ ਚਾਹ ਰਿਹਾ ਹੋਵੇ ਪਰ ਕਹਿਣ ਦੀ ਘੜੀ ਨੂੰ ਟਾਲ ਰਿਹਾ ਹੋਵੇ ਉਹ ਮੇਰਾ ਪੁਰਾਣਾ ਦੋਸਤ ਸੀ ਹੱਕ ਦਾਵੇ ਨਾਲ ਉਹਨੂੰ ਪੁੱਛ ਵੀ ਸਕਦਾ ਸਾਂ ਪਰ ਉਹਦੇ ਮੂੰਹ ਤੇ ਕੁਝ ਇਹੋ ਜਿਹਾ ਇਹੋ ਜਿਹਾ ਸੰਕੋਚ ਦਿਸ ਰਿਹਾ ਸੀ ਕਿ ਮੈਂ ਕੁਝ ਨਹੀਂ ਪੁੱਛਿਆ ਕੁਝ ਦੇਰ ਵਿੱਚ ਉਹਨੇ ਜਾਣਾ ਚਾਹਿਆ ਕਿ ਆਖ ਸਕਦਾ ਸਾਂ ਉਹਨੂੰ ਹੀਠਾਂ ਹੋਟਲ ਦੇ ਬਾਹਰ ਲੇਬੂਏ ਤੱਕ ਛੱਡਣ ਚੱਲ ਗਿਆ। ਵੇਖਿਆ ਉੱਥੇ ਉਹਦੇ ਪੈਰ ਕੁ ਝਿਜਕ ਜੇ ਗਏ ਪਰ ਉਹਨੇ ਆਖਿਆ ਕੁਛ ਨਹੀਂ। ਮੈਨੂੰ ਵਾਪਸ ਕਮਰੇ ਚ ਆਇਆ ਘੰਟਾ ਕੁ ਹੋਇਆ ਸੀ ਉਹਦਾ ਫੋਨ ਆਇਆ। ਸੌਰੀ, ਆਈ ਕੈਨਟ ਐਕਸਪਲੇਨ ਐਨੀਥਿੰਗ। ਮੈਂ ਜਵਾਬ ਜੋ ਹਸਣਾ ਚਾਇਆ, ਚੱਲ ਮਾਫ ਕੀਤਾ। ਇੰਜੋਏ ਯਰ ਲਾਈਫ। ਮੇਰੀ ਅੱਖਾਂ ਅਗੇ ਇੱਕ ਤਸੱਵਰ ਜਾਇਆ ਕਿ ਇਹਨਾਂ ਦਿਨਾਂ ਚ ਉਹਦੇ ਕੋਲ ਉਹਦੇ ਘਰ ਜ਼ਰੂਰ ਕੋਈ ਕੁੜੀ ਹੈ। ਪਰ ਇਹ ਖਿਆਸ ਵੀ ਮੈਨੂੰ ਮਿਟਦਾ ਜਾਪਿਆ ਕਿਉਂਕਿ ਉਹਦੀ ਆਵਾਜ਼ 'ਚ ਹੀ ਉਦਾਸੀ ਸੀ। ਉਸ ਵਾਰੇ ਸਤੰਬਰ ਚ ਮੈਨੂੰ ਫੇਰ ਦਿੱਲੀ ਜਾਣਾ ਪਿਆ ਪਰ ਮੈਂ ਉਹਨੂੰ ਖੱਤ ਨਹੀਂ ਲਿਖਿਆ ਦਿੱਲੀ ਆ ਕੇ ਕਿਸੇ ਹੋਟਲ ਚ ਠਹਿਰ ਗਿਆ ਹੋਟਲ ਚ ਫੋਨ ਕੀਤਾ ਉਹਦੀ ਆਵਾਜ਼ ਪੁਰਾਣੀ ਤਪਾਕ ਨਾਲ ਭਰੀ ਸੀ ਉਸੇ ਵੇਲੇ ਹਸਪਤਾਲ ਤੋਂ ਛੁੱਟੀ ਲੈ ਕੇ ਮੇਰੇ ਹੋਟਲ ਚ ਆਇਆ ਤੇ ਜ਼ੋਰੀ ਮੇਰਾ ਸਮਾਨ ਚੁੱਕ ਕੇ ਮੈਨੂੰ ਆਪਣੇ ਘਰ ਲੈ ਗਿਆ ਪਤਾ ਨਹੀਂ ਇੱਕ ਦੋਸਤ ਦੇ ਨਾਤੇ ਮੈਨੂੰ ਇੰਜ ਕਰਨਾ ਚਾਹੀਦਾ ਸੀ ਕਿ ਨਹੀਂ ਪਰ ਮੈਂ ਉਹਦੇ ਨੌਕਰ ਨੂੰ ਇੱਕ ਦਿਨ ਕੱਲਿਆਂ ਜਨਵਰੀ ਵਾਲੀ ਗੱਲ ਗੱਲਾਂ ਨੂੰ ਕੁਝ ਵਲਾ ਕੇ ਪੁੱਛੀ ਪੁਰਾਣਾ ਨੌਕਰ ਸੀ ਮੇਰੀ ਵੀ ਮਾਲਕ ਵਾਂਗ ਇੱਜ਼ਤ ਕਰਦਾ ਸੀ ਇਸ ਲਈ ਇੱਜ਼ਤ ਨਾਲ ਬੋਲਿਆ ਮੈਨੂੰ ਤਾਂ ਸਾਬ ਹਰ ਵਾਰੇ 26 ਜਨਵਰੀ ਦਾ ਮੇਲਾ ਵੇਖਣ ਲਈ ਤਿੰਨ ਦਿਨ ਛੁੱਟੀ ਦੇ ਦਿੰਦੇ ਆ ਸੋ ਉਹੀ ਤਿੰਨ ਦਿਨ 25 26 ਤੇ 27 ਜਨਵਰੀ ਉਹਦੇ ਕੋਲੋਂ ਮੈਂ ਇਹ ਵੀ ਜਾਣ ਲਿਆ ਸੀ ਕਿ ਉਹਦੀ ਛੁੱਟੀ ਵਿੱਚ ਸਿਰਫ ਦਿਨ ਸ਼ਾਮਲ ਨਹੀਂ ਸੀ ਹੁੰਦੇ ਰਾਤਾਂ ਵੀ ਹੁੰਦੀਆਂ ਸੀ ਉਹ ਤਿੰਨੇ ਰਾਤਾਂ ਬਾਹਰ ਨੌਕਰਾਂ ਦੇ ਉਸ ਡੇਰੇ 'ਚ ਰਹਿੰਦਾ ਸੀ ਜਿੱਥੇ ਉਹਦੇ ਹੋਰ ਗਿਰਾਈ ਰਹਿੰਦੇ ਸਨ ਨੌਕਰ ਨੂੰ ਹਰ ਵਾਰੇ ਇਨਾ ਦਿਨਾਂ ਦੀ ਛੁੱਟੀ ਮੈਨੂੰ ਸੁਭਾਵਕ ਨਹੀਂ ਲੱਗੀ ਜਿਹਾ ਪਿਆ ਕੋਈ ਭੇਤ ਹੈ ਜੋ ਮੇਰਾ ਦੋਸਤ ਭੇਤ ਹੀ ਰੱਖਣਾ ਚਾਹੁੰਦਾ ਤੇ ਫਿਰ ਜਦੋਂ 6 ਮਹੀਨਿਆਂ ਨੂੰ ਜਨਵਰੀ ਦਾ ਮਹੀਨਾ ਆਇਆ ਤੇ ਮੈਂ ਭਾਵੇਂ ਦਿੱਲੀ ਦੇ ਸਫ਼ਰ ਨੂੰ ਅਜੇ ਹੋਰ ਮਹੀਨਾ ਅੱਗੇ ਪਾ ਸਕਦਾ ਸੀ ਮੈਂ ਆਪਣੇ ਦੋਸਤ ਨੂੰ ਖੱਤ ਲਿਖਿਆ ਕਿ ਮੈਨੂੰ 25 ਤਰੀਕ ਦਿੱਲੀ ਆਉਣਾ ਪਵੇਗਾ ਜਵਾਬ ਚੋਂ ਦਾ ਖੱਤਾ ਆਇਆ ਕਿ ਇਸ ਤਰੀਕ ਨੂੰ ਤੇਰੇ ਕੰਮਾਂ ਨਾਲ ਕੋਈ ਜ਼ਿੱਦ ਹੋ ਗਈ ਹੈ ਤੂੰ ਦੋ ਚਾਰ ਦਿਨ ਪਹਿਲਾਂ ਜਾਂ ਪਿੱਛੋਂ ਕਿਉਂ ਨਹੀਂ ਆ ਸਕਦਾ ਸੋ ਜ਼ਰੂਰੀ ਕੋਈ ਗੱਲ ਸੀ ਜੋ ਨਾ ਉਹ ਦੱਸ ਸਕਦਾ ਸੀ ਨਾ ਮੈਂ ਪੁੱਛ ਸਕਦਾ ਸੀ ਮੈਂ ਉਸ ਮਹੀਨੇ ਦਿੱਲੀ ਨਹੀਂ ਗਿਆ ਪਿੱਛੋਂ ਮਾਰਚ ਵਿੱਚ ਗਿਆ ਉਸੇ ਕੋਲ ਠਹਿਰਿਆ ਤੇ ਉਸੇ ਵਾਰ ਮੈਂ ਦਿੱਲੀ 'ਚ 5 ਏਕੜ ਦਾ ਇੱਕ ਫਾਰਮ ਖਰੀਦਿਆ ਜਿੱਥੇ ਬਰੇਚ ਘਟੂ ਘਟਿਕ ਮੇਨਾ ਰਹਿਣ ਦਾ ਮੇਰਾ ਸੁਪਨਾ ਮੈਨੂੰ ਹਮੇਸ਼ਾ ਖਿੱਚਦਾ ਹੁੰਦਾ ਸੀ ਇਹ ਸਾਰਾ ਕੁਝ ਮੇਰੇ ਦੋਸਤ ਦੀ ਮਿਹਨਤ ਨਾਲ ਸਿਰੇ ਚੜਿਆ ਫਾਰਮ ਦੇ ਫਾਰਮ ਦੇ ਕਾਗਜ਼ ਪੱਤਰ ਉਸੇ ਨੇ ਵੇਖੇ ਵਿਖਾਏ ਦੋ ਮਾਲੀਆਂ ਦਾ ਬੰਦੋਬਸਤ ਕਰ ਤਾਤੇ ਫਾਰਮ ਤੇ ਤਕਨੀਕੇ ਜੀ ਰਿਹائش ਦਾ ਨਕਸ਼ਾ ਵੀ ਉਹਨੇ ਮੈਨੂੰ ਬਣਵਾ ਕੇ ਦੇ ਦਿੱਤਾ ਮੈਂ ਉੱਥੇ ਇਮਾਰਤ ਸ਼ੁਰੂ ਕਰਵਾ ਕੇ ਬੰਬਈ ਚਲਾ ਗਿਆ ਪਿੱਛੋਂ ਉਸੇ ਨੇ ਉਹਨੂੰ ਵੇਖਿਆ ਸੰਭਾਲਿਆ ਉਹਨੂੰ ਮੁਕੰਮਲ ਕਰਵਾ ਕੇ ਮੈਂ ਉਹਦੀ ਚਾਬੀ ਭੇਜ ਦਿੱਤੀ ਸੀ ਫਿਰ ਅਚਾਨਕ ਉਹਦਾ ਖ਼ਤਾ ਆਇਆ ਕਿ ਉਹਨੇ ਵਿਆਹ ਕਰ ਲਿਆ ਖਤ ਬੜਾ ਖੁਸ਼ ਸੀ ਇਸ ਲਈ ਮੈਂ ਖੁਸ਼ ਸੀ ਪਰ ਉਲੰਬੇ ਜੈਨ ਨਾਲ ਮੈਂ ਉਹਨੂੰ ਲਿਖਿਆ ਵੀ ਉਹਨੇ ਮੈਨੂੰ ਆਪਣੀ ਵਿਆਹ ਚ ਸ਼ਾਮਲ ਹੋਣ ਲਈ ਕਿਉਂ ਨਹੀਂ ਬੁਲਾਇਆ ਉਹਦਾ ਜਵਾਬ ਆਇਆ ਜਿਸ ਘੜੀ ਵਿਆਹ ਦਾ ਫੈਸਲਾ ਹੋਇਆ ਮੈਂ ਉਸ ਘੜੀ ਵਿਆਹ ਕਰ ਲੈਣਾ ਚਾਹੁੰਦਾ ਸੀ ਨਹੀਂ ਤਾਂ ਸ਼ਾਇਦ ਕਦੇ ਨਾ ਹੋ ਸਕਦਾ ਇਸ ਲਈ ਤੈਨੂੰ ਬੁਲਾਉਣ ਦਾ ਵੇਲਾ ਹੀ ਨਹੀਂ ਸੀ ਖੱਤ ਜੇ ਨਹੀਂ ਸੀ ਲਿਖਿਆ ਹੋਇਆ ਕਿ ਵਿਆਹ ਉਸ ਘੜੀ ਦੇ ਟਲਣ ਪਿੱਛੋਂ ਕਿਉਂ ਨਹੀਂ ਸੀ ਹੋ ਸਕਦਾ ਪਰ ਇਹ ਜ਼ਰੂਰ ਲਿਖਿਆ ਸੀ ਕਿ ਮੈਂ ਬਹੁਤ ਖੁਸ਼ ਹਾਂ ਮੈਂ ਤੇਰੀ ਭਾਬੀ ਨੂੰ ਇਸ਼ਕ ਦੀ ਹੱਦ ਤੱਕ ਮੁਹੱਬਤ ਕਰਦਾ ਇਸ ਲਈ ਮੈਨੂੰ ਉਹਦੇ ਵਿਆਹ 'ਚ ਸ਼ਾਮਲ ਨਾ ਹੋਣ ਦਾ ਜੋ ਹਿਰਕ ਸੀ ਉਹ ਹਿਰਕ ਵਰਗਾ ਨਾ ਰਿਹਾ ਇੱਕ ਤਾਂਗ ਜੀ ਜ਼ਰੂਰ ਲੱਗੀ ਕਿ ਹੁਣ ਮੈਂ ਦਿੱਲੀ ਕਦੋਂ ਜਾ ਸਕਾਂਗਾ ਇਸ ਤੰਗਝੋਰ ਕਾਰਨ ਵੀ ਸ਼ਾਮਲ ਸੀ ਮੈਂ ਜੇ ਆਪਣੇ ਫਾਰਮ ਵਾਲੇ ਘਰ ਚ ਰਹਿ ਕੇ ਨਹੀਂ ਸੀ ਵੇਖਿਆ ਤੇ ਉੱਥੇ ਦੋ ਮਾਲੀਆਂ ਤੋਂ ਇਲਾਵਾ ਮੈਂ ਇੱਕ ਅਜੇ ਆਦਮੀ ਦਾ ਬੰਦੋਬਸਤ ਵੀ ਕੀਤਾ ਸੀ ਜੋ ਹਰ ਹਫਤੇ ਫਾਰਮ ਤੇ ਜਾ ਕੇ ਫਾਰਮ ਦੀਆਂ ਲੋੜਾਂ ਨੂੰ ਵੇਖਦਾ ਸੀ ਤੇ ਮੈਨੂੰ ਹਿਸਾਬ ਕਿਤਾਬ ਲਿਖ ਭੇਜਦਾ ਸੀ ਤੇ ਮੇਰੀਆਂ ਅੱਖਾਂ 'ਚ ਆਪਣੇ ਫਾਰਮ ਦੀ ਹਰਿਆਲੀ ਹਰ ਹਫਤੇ ਗੇਟ ਗੇਟ ਉੱਚੀ ਹੁੰਦੀ ਰਹਿੰਦੀ ਸੀ ਅਚਾਨਕ ਮੇਰੇ ਦੋਸਤ ਦਾ ਫੋਨ ਆਇਆ ਕਿ ਜੇ ਮੈਂ ਫਾਰਮ ਵਾਲੇ ਘਰ ਦੀ ਚਾਬੀ ਉਹਨੂੰ ਭੇਜ ਦੇਵਾਂ ਉਹ ਤਿੰਨ ਦਿਨ ਉੱਥੇ ਜਾ ਕੇ ਰਹਿਣਾ ਚਾਹੁੰਦਾ ਹੈ ਇਹ ਜਨਵਰੀ ਦਾ ਮਹੀਨਾ ਸੀ ਮੈਨੂੰ ਉਹੀ 25 26 ਤੇ 27 ਜਨਵਰੀ ਦੇ ਤਿੰਨ ਦਿਨ ਇਸ ਘਰ ਨਾਲ ਜੁੜਦੇ ਜਾਵੇ ਆਖਿਆ ਮੈਂ ਕੱਲ ਚਾਬੀ ਭੇਜ ਦਿਆਂਗਾ ਉੰਜ ਮੈਂ ਵੀ ਦਿੱਲੀ ਆਉਣਾ ਚਾਹਣਾ ਪਰ ਜੇ ਤੂੰ ਉੱਥੇ ਇਕੱਲਾ ਰਹਿਣਾ ਚਾਹੇ ਤਾਂ ਮੈਂ ਇਸ ਮਹੀਨੇ ਨਹੀਂ ਅਗਲੇ ਮਹੀਨੇ ਆ ਜਾਵਾਂਗਾ ਜਵਾਬ ਸੁਨੇ ਆਖਿਆ ਮੈਂ 25 26 ਤੇ 27 ਤਰੀਕ ਸਿਰਫ ਤਿੰਨ ਦਿਨ ਉੱਥੇ ਰਹਿਣਾ ਤੂੰ ਵੀ ਆ ਜਾ ਇਕੱਠੇ ਰਵਾਂਗੇ ਅਜੀਬ ਗੱਲ ਉਹੀ ਤਰੀਕਾਂ ਪਰੇਸਵਾਰੂ ਨੂੰ ਇਤਰਾਜ਼ ਨਹੀਂ ਸੀ ਕਿ ਨਾ ਤਰੀਕਾਂ ਚ ਨਾ ਆਵਾਂ ਇੱਕ ਕਬਰਾਟ ਵੀ ਹੋਈ ਕਿ ਕੀ ਖੁਸ਼ ਵਿਆਹ ਤੋਂ ਪਿੱਛੋਂ ਵੀ ਉਹਨੂੰ ਇਹਨਾਂ ਤਰੀਕਾ ਦੀ ਇੱਕ ਕੱਲ ਚਾਹੀਦੀ ਹੈ ਕਿਉਂ ਮੇਰੇ ਕੋਲੋਂ ਪੁੱਛਿਆ ਗਿਆ ਭਾਬੀ ਦਾ ਕੀ ਹਾਲ ਹੈ ਜਵਾਬ ਚ ਕਿਤੇ ਵੀ ਸੰਕੋਚ ਵਰਗਾ ਕੁਝ ਨਹੀਂ ਸੀ ਆਖਰੀ ਆਸੀ ਬੜੀ ਵਧੀਆ ਕੁੜੀ ਹੈ ਤੂੰ ਉਹਨੂੰ ਮਿਲ ਕੇ ਬਹੁਤ ਖੁਸ਼ ਆਏਂਗਾ ਅਸੀਂ 28 ਤਰੀਕ ਸਵੇਰੇ ਇਕੱਠੇ ਘਰ ਚੱਲਾਂਗੇ ਕੁਝ ਪੱਕੜ ਚ ਨਹੀਂ ਸੀ ਆ ਰਿਹਾ ਪਰ ਉਹਦਾ ਵਿਆਹ ਠੀਕ ਹੈ ਇਹ ਕਾਫੀ ਸੀ ਮੈਂ ਉਹਨੂੰ ਆਖਿਆ ਕਿ ਮੈਂ 25 ਤਰੀਕ ਸਵੇਰੇ ਪਹੁੰਚ ਜਾਵਾਂਗਾ ਸਿੱਧਾ ਫਾਰਮ ਤੇ ਜਾਵਾਂਗਾ ਤੇ ਤੈਨੂੰ ਦੇਖਾਂਗਾ ਉਦੀ ਬੀਬੀ ਵਾਸਤੇ ਮੈਂ ਬੰਬਈ ਤੋਂ ਇੱਕ ਪਿਆਰੀ ਜੀ ਸਾੜੀ ਖਰੀਦੀ ਤੇ 25 ਤਰੀਕ ਸਵੇਰੇ ਦਿੱਲੀ ਪਹੁੰਚ ਗਿਆ। ਫਾਰਮ ਦੀ ਹਰਿਆਲੀ ਮੇਰੇ ਕያስ ਵਰਗੀ ਸੀ। ਮੇਰੇ ਮਨ ਦੀ ਜ਼ਮੀਨ ਵਿੱਚੋਂ ਵੀ ਜਿਵੇਂ ਫੁੱਲ ਪੱਤਰ ਉੱਗਦੇ ਪਏ ਸਨ। ਐਤਵਾਰੀ ਕਰਨ ਦਾ ਉੱਥੇ ਪਹੁੰਚਿਆ ਹੋਇਆ ਸੀ ਉਹਨੇ ਮੇਰੇ ਦੱਸੇ ਮੁਤਾਬਕ ਜਿੰਨਾਂ ਚੀਜ਼ਾਂ ਦੀ ਮੈਨੂੰ ਲੋੜ ਸੀ ਲਿਆਂਦੀਆਂ ਹੋਈਆਂ ਸੀ। ਮਾਲੀਆਂ ਨੇ ਮੇਰੀ ਕੋਟੇਜ ਨੂੰ ਪਹੁੰਚਿਆ ਸਵਾਰਿਆ ਤੇ ਕੁਝ ਫੁੱਲਾਂ ਨਾਲ ਸਜਾਇਆ। ਤਰ ਕਾਲਾਂ ਢੁੰਗੀਆਂ ਹੋਣ ਲੱਗੀਆਂ ਸਾਂਝ ਇਸ ਵੇਲੇ ਮੇਰਾ ਦੋਸਤ ਆਇਆ। ਇਤਕਿ ਮੈਂ ਉਹਦੇ ਲਈ ਬੰਬਈ ਦੇ ਇੱਕ ਦੋਸਤ ਕੋਲੋਂ ਫ੍ਰੈਂਚ ਕੋਨਿਆਕ ਆਂਦੀ ਹੋਈ ਸੀ ਬਹੁਤ ਦੇਰ ਹੋਈ ਜਦੋਂ ਉਹਨੇ ਇੱਕ ਵਾਰ ਮੈਨੂੰ ਕੋਨਿਆਕ ਵਾਲੀ ਚਾਹ ਪਿਆ ਕੇ ਆਖਿਆ ਸੀ ਉਹਦਾ ਵਾਸਤੇ ਲੇ ਤਾਂ ਹਮੇਸ਼ਾ ਕੋਨਿਆਕ ਵਾਲੀ ਚਾਹ ਪੀਵੀ ਇਸ ਵਾਰੇ ਤਿੰਨ ਦਿਨ ਮੈਂ ਉਹਨੂੰ ਕੋਨਿਆਕ ਵਾਲੀ ਚਾਹ ਪਿਉਣਾ ਚਾਹੁੰਦਾ ਸੀ ਡੱਬਿਆਂ ਦੇ ਫਲ ਤੇ ਸਬਜ਼ੀਆਂ ਭਾਵੇਂ ਮੈਂ ਬੰਬਈ ਤੋਂ ਲਿਆਇਆ ਸਾਂ ਪਰ ਆਪਣੇ ਫਾਰਮ ਦੀ ਗੋਭੀ ਮੈਂ ਆਪਣੇ ਹੱਥੀਂ ਪੁੰਨੀ ਮੇਰੇ ਲਈ ਬੰਬਈ ਦੀ ਜ਼ਿੰਦਗੀ ਤੋਂ ਟੁੱਟਣ ਦਾ ਇਹ ਬੜਾ ਪਿਆਰਾ ਦਿਨ ਸੀ ਉਸ ਰਾਤ ਪੈਲੰਗ ਕੁਨਿਆਕ ਵਾਲੀ ਚਾਹ ਤੇ ਫਿਰ ਨੀਂਦ ਕੁਨਿਆਕ ਪੀਂਦੇ ਆ ਮੇਰਾ ਦੋਸਤ ਕਹਿਣ ਲੱਗਾ ਤੂੰ ਕਈ ਵਾਰਿਆਂ ਤੋਂ ਕੁਝ ਪੁੱਛਣਾ ਚਾਹੁੰਦਾ ਸੀ ਨਾ ਮੈਂ ਵੀ ਕਈ ਵਾਰਿਆਂ ਤੋਂ ਤੈਨੂੰ ਕੁਝ ਦੱਸਣਾ ਚਾਹੁੰਦਾ ਸੀ ਇਹ ਸ਼ਾਇਦ ਮਿੱਟੀ ਵਿੱਚੋਂ ਕੋਈ ਹਰਾ ਰੰਗ ਨਿਕਲਣ ਦਾ ਵੇਲਾ ਸੀ ਮੈਂ ਉਹਦੇ ਮੂੰਹ ਵੱਲ ਤੱਕਣ ਲੱਗ ਪਿਆ ਉਹ ਹੱਸ ਪਿਆ ਇਹ 25 26 ਤੇ 27 ਜਨਵਰੀ ਤਿੰਨ ਦਿਨ ਮੇਰੀ ਸਮਝ ਤੋਂ ਬਾਹਰ ਹਨ ਤੈਨੂੰ ਕਿਸ ਤਰ੍ਹਾਂ ਦੱਸਾਂ ਅੱਛਾ ਸ਼ੁਰੂ ਤੋਂ ਦੱਸਣਾ ਵਾ ਪੂਰੇ 5 ਵਰੀ ਹੋਏ ਮੇਰੇ ਇੱਕ ਦੋਸਤ ਅੱਜ ਦੇ ਦਿਨ 25 ਤਰੀਕ ਮੇਰੇ ਘਰ ਆਇਆ ਸੀ ਕਮਬਖਤ ਜਵਾਨ ਵੀ ਸੀ ਬਹੁਤ ਪਿਆਰਾ ਸ਼ਾਇਰ ਵੀ ਦਿੱਲੀ ਤੋਂ ਹਿੰਦੁਸਤਾਨ ਦੀਆਂ ਸਾਨ ਗਿਆ ਜ਼ਬਾਨਾਂ ਦਾ 25 ਜਨਵਰੀ ਨੂੰ ਇੱਕ ਮੁਸ਼ਾਇਰਾ ਹੁੰਦਾ ਹੈ ਉਹਨੂੰ ਉਸੇ ਮੁਸ਼ਾਇਰੇ 'ਚ ਸਰਕਾਰੀ ਬੁਲਾਵਾ ਸੀ ਪਰ ਇਕੱਲਾ ਨਹੀਂ ਸੀ ਆਇਆ ਇੱਕ ਬੜੀ ਸੋਹਣੀ ਕੁੜੀ ਉਹਦੇ ਨਾਲ ਸੀ ਆਪਣੇ ਸ਼ਹਿਰ ਉਸ ਕੁੜੀ ਨੂੰ ਨਹੀਂ ਸੀ ਮਿਲ ਸਕਦਾ ਇਸੇ ਲਈ ਇੱਥੇ ਲਿਆਇਆ ਸੀ ਉੱਥੋਂ ਸ਼ਾਇਦ ਉਹਦੇ ਨਾਲ ਨਹੀਂ ਸੀ ਆਇਆ ਪਰ ਇੱਥੋਂ ਸਟੇਸ਼ਨ ਤੋਂ ਉਹਨੂੰ ਨਾਲ ਲੈ ਕੇ ਆਇਆ ਉਹ ਦੋਵੇਂ ਤਿੰਨ ਦਿਨ ਮੇਰੇ ਘਰ ਰਹੇ 25 ਦੀ ਰਾਤ ਮੁਸ਼ਾਇਰਾ ਸੀ 26 ਨੂੰ ਸਾਰੇ ਸ਼ਾਇਰਾਂ ਲਈ ਸਰਕਾਰ ਵੱਲੋਂ ਦਾਵਤ ਸੀ ਪਰ 27 ਦੀ ਇੱਕ ਰਾਤ ਉਹਨਾਂ ਨੇ ਜ਼ਿੰਦਗੀ ਕੋਲੋਂ ਹੋਰ ਚੁਰਾ ਲਈ ਤੇ ਫਿਰ ਵੱਖੋ-ਵੱਖ ਗੱਡੀ 'ਚ ਵਾਪਸ ਚਲੇ ਗਏ ਇਹ ਗੱਲ ਸੁਣਦਾ ਮੈਂ ਜਿਵੇਂ ਇੱਕ ਉਸ ਬੂਹੇ ਵੱਲ ਦੇਖ ਰਿਹਾ ਸਾਂ ਜਿਹਦੇ ਕੋਲ ਮੈਂ ਵਰਿਆਂ ਦੀ ਤਲਾਸ਼ ਵਿੱਚੋਂ ਪਹੁੰਚਦਾ ਗਿਆ ਹਾਂ ਪਰ ਅਜੇ ਸੋਚ ਵੀ ਨਾ ਸਕਦਾ ਹਾਂ ਕਿ ਇਸ ਬੂਹੇ ਦੇ ਅੰਦਰ ਕੀ ਹੈ ਕੋਈ ਕਹਾਣੀ ਸ਼ਾਇਦ ਪੰਜਵੇਂ ਤੁਰਦੀ ਰਹੀ ਸੀ ਤੇ ਮੇਰਾ ਦੋਸਤ ਵੀ ਉਹਦੇ ਨਾਲ ਪੰਜ ਬਰੇ ਤੁਰਦਾ ਰਿਹਾ ਸੀ ਤੇ ਉਹਦੇ ਮੂੰਹ ਤੇ ਇੱਕ ਲੰਬਾ ਪੈਂਡਾ ਤੁਰ ਕੇ ਆਉਣ ਜਿਹਾ ਅਹਿਸਾਸ ਸੀ ਕੁਝ ਸਾਲ ਲੈ ਕੇ ਆਖਣ ਲੱਗਾ ਪਰ ਦਿੱਲੀ ਦੇ ਤਿੰਨ ਦਿਨਾਂ ਵਾਲੀ ਗੱਲ ਨਾ ਉਹਦੇ ਘਰ ਚ ਲੁਕੀ ਰਹੀ ਨਾ ਉਸ ਕੁੜੀ ਦੇ ਘਰ ਉਹਦੀ بیوی ਬੜੀ ਦੁਖੀ ਸੀ ਤੇ ਉਸ ਕੁੜੀ ਦੀ ਮਾਂ ਪਿਓ ਬੜੇ ਦੁਖੀ ਸ਼ਹਿਰ ਇੱਕੋ ਸੀ ਹੁੰਜ ਵੀ ਛੋਟਾ ਦੋਆਂ ਘਰਾਂ ਦਾ ਵੈਰ ਸਾਰੇ ਸ਼ਹਿਰ ਚ ਫੈਲ ਗਿਆ ਇੱਕ ਦੀ ਜਾਨ ਨੂੰ ਤੁਸੀਂ ਇਹ ਸਨ ਇੱਕ ਦੀ ਜਾਨ ਨੂੰ ਖਤਰਾ ਪਰ 6 ਮਹੀਨੇ ਲੰਘੇ ਸਨ ਕਿ ਸਾਰੀ ਗੱਲ ਹੀ ਉਲਟ ਗਈ ਕੰਬਕ ਸਾਰਾ ਦਿਨ ਤੇ ਸਾਰੀ ਰਾਤ ਸ਼ਰਾਬ ਪੀਂਦਾ ਸੀ 6 ਮਹੀਨਿਆਂ ਚ ਮੁੱਕ ਗਿਆ ਕੀ ਮਤਲਬ ਮੈਂ ਕੰਬ ਗਿਆ ਗਿਆ ਅਣਾਈ ਮੌਤ ਮੇਰੇ ਦੋਸਤ ਦੀ ਆਵਾਜ਼ ਉਹਦੀ ਸੰਗ ਚ ਡੁੱਬ ਜੀ ਗਈ ਕੁਨਿਆਕ ਦੇ ਤਿੱਖੇ ਪੰਜ 6 ਘੁੱਟ ਭਰ ਕੇ ਉਹਨੇ ਆਖਿਆ ਫਿਰ ਜਦੋਂ ਅਗਲੀ ਜਨਵਰੀ ਦੀ 25 ਤਰੀਕ ਆਈ ਮੈਨੂੰ ਉਸ ਕੁੜੀ ਦਾ ਬਿਲਕੁਲ ਦਾ ਖਾਤਾ ਆ ਕਿ ਮੈਂ 3 ਦਿਨ ਉਸ ਕਮਰੇ ਚ ਕਿਸੇ ਨੂੰ ਨਾ ਜਾਣਦਿਆਂ ਜਿਸ ਕਮਰੇ ਚ ਪਿਛਲੇ ਬਾਰੇ ਉਹ ਦੋਵੇਂ ਰਹੇ ਸਨ ਉਨੇ ਖਾਤੇ ਚ ਗੇਂਦੇ ਦੇ ਦੋ ਫੁੱਲ ਭੇਜੇ ਕਿ ਉਹ ਫੁੱਲ ਮੈਂ ਉਸ ਕਮਰੇ ਚੋਂ ਉਸੇ ਬਲੰਗ ਤੇ ਰੱਖ ਦਿਆਂ ਜੋ ਉਹਨਾਂ ਦੀ ਸੁਹਾਗ ਦੀ ਸੇਜ ਸੀ ਤੇ ਉਹਨੇ ਲਿਖਿਆ ਕਿ ਦੋਹਾਂ ਦੀ ਰੂਹ ਤਿੰਨ ਦਿਨ ਉਸ ਕਮਰੇ ਚ ਰਹੇਗੀ ਮੈਂ ਇਹ ਗੱਲ ਸੁਣਦਿਆਂ ਜਿਵੇਂ ਮੈਂ ਨਹੀਂ ਸਾਂ ਸਿਰਫ ਇੱਕ ਚੰਬਾ ਸਾਂ ਦੋਸਤ ਨੂੰ ਪੁੱਛਣਾ ਚਾਹੁੰਦਾ ਸਾਂ ਇਸ ਗੱਲ ਤੇ ਯਕੀਨ ਕਰ ਲਿਆ ਪਰ ਮੇਰੇ ਕੁਝ ਵੀ ਪੁੱਛਣ ਤੋਂ ਪਹਿਲਾਂ ਕਹਿਣ ਲੱਗਾ ਮੈਨੂੰ ਉਹਦਾ ਖਤ ਸਿਰਫ ਉਹਦਾ ਪਾਗਲਪਨ ਲੱਗਾ ਉਹਦੀ دیਵਾਨਗੀ ਪਰ ਦੀਵਾਨਗੀ ਦਾ ਵੀ ਸ਼ਾਇਦ ਕੋਈ ਜਾਦੂ ਹੁੰਦਾ ਮੈਂ ਖਾਤਰ ਨੂੰ ਪਰਾ ਰੱਖ ਦਿੱਤਾ ਪਰ ਉਹ ਫੁੱਲ ਮੇਰੇ ਕੋਲੋਂ ਛੁੱਟੇ ਨਹੀਂ ਗਏ ਇਹ ਵੀ ਯਾਦ ਆਇਆ ਕਿ ਉਸ ਕਮਬਖਤ ਨੇ ਉਸ ਕੁੜੀ ਨੂੰ ਗੇਂਦੇ ਦਾ ਫੁੱਲ ਆਕੇ ਇੱਥੇ ਇੱਕ ਨਜ਼ਮ ਲਿਖੀ ਸੀ ਸੋ ਮੈਂ ਦੋਵੇਂ ਫੁੱਲ ਉਸ ਕਮਰੇ ਦੇ ਪਲੰਗ ਉੱਤੇ ਰੱਖ ਦਿੱਤੇ ਤੇ ਕਮਰਾ ਭੇੜ ਦਿੱਤਾ ਪਰ ਉਸ ਰਾਤ ਇੱਕ ਅਜੀਬ ਘਟਨਾ ਵਾਪਰੀ ਮੈਂ ਸਾਰੇ ਦਾ ਸਾਰਾ ਜਿਵੇਂ ਆਪਣੀਆਂ ਅੱਖਾਂ 'ਚ ਸਮਾ ਗਿਆ ਤੇ ਦੋਸਤ ਦੇ ਮੂੰਹ ਹਲ ਤੱਕ ਰਿਆ ਸੀ ਕਹਿਣ ਲੱਗਾ ਕੋਈ ਅੱਧੀ ਰਾਤ ਸੀ ਮੈਨੂੰ ਕਮਰੇ 'ਚ ਕਿਸੇ ਦੇ ਪੈਰਾਂ ਦੀ ਆਵਾਜ਼ ਆਈ ਤੇ ਫਿਰ ਪੈਰਾਂ ਦੀ ਆਵਾਜ਼ ਕਮਰੇ 'ਚੋਂ ਨਿਕਲ ਕੇ ਬਾਹਰ ਰਸੋਈ ਦੇ ਉਸ ਥੜੇ ਤੱਕ ਆਉਂਦੀ ਜਾਪੀ ਜਿੱਥੇ ਪਾਣੀ ਦਾ ਘੜਾ ਪਿਆ ਹੋਇਆ ਸੀ ਤੇ ਫਿਰ ਘੜੇ ਵਿੱਚ ਪਾਣੀ ਲੁੱਦਣ ਦੀ ਆਵਾਜ਼ ਵੀ ਆਈ ਤੇ ਕਿਸੇ ਦੀ ਬਾਹ ਵਿੱਚ ਕੱਚ ਦੀਆਂ ਚੂੜੀਆਂ ਛਣਕਣ ਦੀ ਨਾ ਮੁਮਕਿਨ ਮੇਰੇ ਮੂੰਹ ਨਿਕਲਿਆ ਪਰ ਮੇਰੀ ਆਵਾਜ਼ ਜਿਵੇਂ ਕੰਬ ਜੀ ਗਈ ਮੇਰਾ ਦੋਸਤ ਕਹਿਣ ਲੱਗਾ ਮੈਂ ਵੀ ਸਵੇਰੇ ਉੱਠ ਕੇ ਇਹੋ ਸੋਚਿਆ ਕਿ ਸਭ ਮੇਰੀਆਂ ਆਪਣੀਆਂ ਯਾਦਾਂ ਦਾ ਭਰਮ ਸੀ ਪਿਛਲੇ ਵਾਰ ਉਸ ਕੁੜੀ ਨੇ ਦੋਹਾਂ ਹੱਥਾਂ 'ਚ ਸਾਰੇ ਕੱਚ ਦੀਆਂ ਝੂੜੀਆਂ ਪਾਈਆਂ ਸਨ ਤੇ ਸਭ ਕੁਝ ਉਸੇ ਚੇਤੇ ਵਿੱਚੋਂ ਮੈਨੂੰ ਸੁਣਾਈ ਦਿੱਤਾ ਸੀ ਪਰ ਅਗਲੀ ਰਾਤ ਵੀ ਇੰਜ ਹੋਇਆ ਤੇ ਉਹ ਤੋਂ ਅਗਲੀ ਰਾਤ ਵੀ ਫਿਰ ਅਗਲੇ ਵਾਰੀ ਅਗਲੇ ਵਾਰੀ ਦੀ 25 ਤਰੀਕ ਨੂੰ ਉਸ ਕੁੜੀ ਦਾ ਖਾਤਾ ਆ ਉਹੀ ਇਲਤਜ਼ਾ ਤੇ ਉਹੀ ਗੰਦੇ ਦੇ ਦੋ ਫੁੱਲ ਤੇ ਫਿਰ ਉਸੇ ਤਰ੍ਹਾਂ ਤਿੰਨੇ ਰਾਤਾਂ ਉਹੀ ਆਵਾਜ਼ ਹੁਣ ਮੈਂ ਕੁਝ ਆਖਣ ਜੋਗਾ ਨਹੀਂ ਸਾਹ ਰਹਿ ਗਿਆ ਕਮਰੇ 'ਚ ਮੈਂ ਲੱਕੜਾਂ ਦੀ ਅੱਗ ਬਾਲੀ ਹੋਈ ਸਿਰਫ ਉਹੀ ਬਲ ਰਹੀ ਸੀ ਤੇ ਮੈਂ ਜਿਵੇਂ ਬੁੱਝ ਗਿਆ ਸੀ ਦੋਸਤ ਦੇ ਮੂੰਹ ਵੱਲ ਵੇਖਿਆ ਅੱਗ ਦੀ ਪਰਛਾਵੇਂ ਚੋਂ ਦਾ ਮੂੰਹ ਮਗਦਾ ਪਿਆ ਸੀ ਬਲ ਦੀਆਂ ਲੱਕੜਾਂ ਉੱਤੇ ਇੱਕ ਨਵੀਂ ਲੱਕੜ ਨੂੰ ਰੱਖਦਾ ਮੇਰਾ ਦੋਸਤ ਕਹਿਣ ਲੱਗਾ ਪੂਰੇ ਤਿੰਨ ਵਰੇ ਇੰਜ ਹੁੰਦਾ ਰਿਹਾ ਉਹਨਾਂ ਦੀਆਂ ਰੂਹਾਂ ਦੇ ਮੇਲ ਨੂੰ ਵੇਖਣ ਵਾਲਾ ਵੀ ਦੁਨੀਆ 'ਚ ਸਿਰਫ ਮੈਂ ਸੀ ਇਸ ਲਈ ਇਹ ਸਜੀਬ ਹਕੀਕਤ ਨੂੰ ਸਿਰਫ ਆਪਣੇ ਤੱਕ ਹੀ ਰੱਖਣਾ ਚਾਹੁੰਦਾ ਸੀ ਤੈਨੂੰ ਇਸੇ ਲਈ ਲਿਖਦਾ ਸਾਂ ਕਿ ਤੂੰ ਇਹਨਾਂ ਦਿਨਾਂ 'ਚ ਨਾ ਆਈ ਪਰ ਅੱਜ ਫੇਰ 25 ਤਰੀਕ ਹੈ ਇੰਨਾ ਹੀ ਆਖਿਆ ਜ਼ਾਹਿਰ ਸੀ ਕਿ ਆਖਣਾ ਚਾਹੁੰਦਾ ਸਾਂ ਅੱਜ ਤੂੰ ਉੱਥੇ ਕਿਉਂ ਨਹੀਂ ਰਿਹਾ ਅਜੁੱਤੇ ਗੇਂਦੇ ਦੇ ਫੁੱਲ ਕੌਣ ਰੱਖੇਗਾ ਕਿ ਉਹ ਅੱਗ ਦੀ ਲਾਟ ਵਾਂਗ ਹੱਸਣ ਲੱਗ ਪਿਆ ਕੁਝ ਦੇਰ ਮੇਰੇ ਵੱਲ ਤੱਕਦਾ ਰਿਹਾ ਫਿਰ ਹੱਸਦਾ ਕਹਿਣ ਲੱਗਾ ਪਿਛਲੇ ਵਰੇ ਜੁਲਾਈ ਦੀ ਗੱਲ ਹੈ ਸਾਡੇ ਹਸਪਤਾਲ 'ਚ ਸਾਡੇ ਸਾਈਕੀਆਟ੍ਰਿਸਟ ਕੋਲ ਇੱਕ ਕੇਸ ਆਇਆ ਉਹਨੇ ਉਹ ਕੇਸ ਮੇਰੇ ਨਾਲ ਡਿਸਕਸ ਕੀਤਾ ਕਿ ਫਲਾਣੇ ਸ਼ਹਿਰੋਂ ਇੱਕ ਕੁੜੀ ਦਾ ਅਜੀਬ ਕੇਸ ਉਹਦੇ ਕੋਲ ਆਇਆ ਜੋ ਵਰੇ ਚ ਤਿੰਨ ਦਿਨ ਬਿਲਕੁਲ ਬੇਸੁਰਤ ਹੋ ਜਾਂਦੀ ਹੈ ਹਮੇਸ਼ਾ ਹਰ ਸਾਲ ਮੈਨੂੰ ਯਾਦ ਆ ਪਿਆ ਜ਼ਰੂਰ ਉਸੇ ਕੁੜੀ ਦਾ ਕੇਸ ਸੀ ਮੈ ਉਹਦੇ ਕੋਲ ਤਰੀਕਾ ਪੁੱਛਿਆ ਤਾਂ ਉਹੀ ਤਰੀਕਾ ਅਨਸਰ ਜਨਵਰੀ ਦੀ 25 26 ਤੇ 27 ਤਾਰੀਖ ਉਸ ਕੁੜੀ ਦੇ ਮਾਪੇ ਸਭ ਨਾਲ ਡਾਕਟਰਾਂ ਤੋਂ ਹਾਰ ਕੇ ਉਹਨੂੰ ਇੱਥੇ ਦਿੱਲੀ ਦੇ ਹਸਪਤਾਲ 'ਚ ਲਿਆਏ ਸਨ ਤਉਨ ਮਿਲਿਆ ਨਹੀਂ ਬਜੂ ਦੀ ਲੱਕੜੀ ਦੇ ਧੂਏ ਵਾਂਗ ਮੇਰੇ 'ਚ ਇੱਕ ਹਸਰਤ ਜੀ ਆਈ ਕਾਸ਼ ਮੈਂ ਇੱਕ ਵਾਰ ਯ ਉਸ ਕੁੜੀ ਨੂੰ ਵੇਖ ਸਕਾਂ ਕਿ ਸੱਚਮੁੱਚ ਕੋਈ ਇਹੋ ਜੀ ਕੁੜੀ ਹੁੰਦੀ ਹੈ ਮੇਰੇ ਦੋਸਤ ਨੇ ਹਾਂਚ ਸਿਰ ਹਿਲਾਇਆ ਫਿਰ ਹੱਸ ਰਿਹਾ ਪਿਆ ਮਿਲਣਾ ਤਾਂ ਹੈ ਹੀ ਸੀ ਮਿਲਿਆ ਉਹੀ ਸੀ ਉਹੀ ਹੋ ਸਕਦੀ ਸੀ ਮੈਨੂੰ ਵੇਖ ਕੇ ਰੋ ਪਈ ਉਹਨੂੰ ਜ਼ਬਰਦਸਤੀ ਹਸਪਤਾਲ ਲਿਆਏ ਸਨ ਜ਼ਬਰਦਸਤੀ ਰਾਜ਼ੀ ਕਰਨਾ ਚਾਹੁੰਦੇ ਸਨ ਜ਼ਬਰਦਸਤੀ ਉਹਦਾ ਵਿਆਹ ਕਰਨਾ ਚਾਹੁੰਦੇ ਸਨ ਫਿਰ ਮੈਂ ਆਪਣੇ ਡਾਕਟਰ ਕੁਲੀ ਕੋਲੋਂ ਦੇ ਨਾਲ ਗੱਲਾਂ ਕਰਨ ਦੀ ਇਜਾਜ਼ਤ ਲੈ ਲਈ ਉਹਨੂੰ ਰੋਜ਼ ਮਿਲਦਾ ਸੀ ਇੱਕ ਦਿਨ ਮੈਂ ਉਹਨੂੰ ਆਖਿਆ ਤੂੰ ਜੋ ਕਹਨੀ ਹੈ ਪੂਰੇ 3 ਦਿਨ ਉਹਦੀ ਰੂਹ ਤੇਰੇ ਕੋਲ ਹੁੰਦੀ ਹੈ ਤੇਰੀ ਉਹਦੇ ਕੋਲ ਪਰ ਬਰੇ ਦੇ ਬਾਕੀ 362 ਦਿਨ ਤੂੰ ਉਹਨਾਂ 362 ਦਿਨਾਂ ਲਈ ਵਿਆਹ ਕਰ ਲੈ ਬੜੀ ਵਾਲੀ ਕੁੜੀ ਤਾਂ ਹੈ ਹੀ ਸੀ ਅੱਖਣ ਲੱਗੀ ਚੰਗਾ ਫਿਰ ਮੇਰੇ ਮਾਂ ਪਿਓ ਨੂੰ ਸਮਝਾ ਦਿਓ ਕਿ ਜਿਹੜਾ ਬੰਦਾ ਮੇਰੇ ਨਾਲ ਬਰੇ ਦੇ 362 ਦਿਨਾਂ ਲਈ ਵਿਆਹ ਕਰਾਣਾ ਚਾਵੇ ਮੈਂ ਕਰ ਲਾਂਗੀ ਤੇ ਉਸ ਘੜੀ ਮੈਨੂੰ ਸੱਚਮੁੱਚ ਉਹਦੇ ਨਾਲ ਪਿਆਰ ਹੋ ਗਿਆ ਮੇਰਾ ਕੰਬਦਾ ਜਿਹਾ ਹੱਥ ਆਪਣੇ ਦੋਸਤ ਦੇ ਹੱਥ ਨੂੰ ਛੋਇਆ ਤੇ ਹੁਣ ਉਹੀ ਤੇਰੀ بیوی ਬੁਝਦੀਆਂ ਲੱਕੜਾਂ ਉੱਤੇ ਰੱਖੀ ਨਵੀਂ ਲੱਕੜ ਦੀ लाਟ ਵਾਂਗ ਮੇਰਾ ਦੋਸਤ ਹੱਸਣ ਲੱਗ ਪਿਆ ਉਹੀ بیوی ਹੈ ਸਿਰਫ ਜਨਵਰੀ ਦੀ 25 26 ਤੇ 27 ਤਰੀਕ ਨੂੰ ਛੱਡ ਕੇ ਦੋਸਤ ਅੱਗੇ ਵੀ ਮੱਥਾ ਨਿਉਂਗਿਆ ਪਰ ਜਾਪਿਆ ਇਸ ਵੇਲੇ ਮੈਂ ਉਸ ਕਮਰੇ ਦੀ ਦਹਲਿਜ਼ ਨੂੰ ਇੱਕ ਸਲਾਮ ਕਰ ਰਿਹਾ ਜਿਹਦੇ ਅੰਦਰ ਇੱਕ ਖਾਲੀ ਪਲੰਗ ਉਤੇ ਇੱਕ ਜਵਾਨ ਕੁੜੀ ਗੇਂਦੇ ਦੇ ਫੁੱਲ ਰੱਖਦੀ ਪਈ ਹੈ ਧੰਨਵਾਦ